ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤਾਂ ਸਾਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ, ਉਹ ਉਹਦੇ ਨੇ ਮਾਫ਼ੀ ਕਿ ਅਸੀਂ ਨੇ ਦੋਸ਼ੀ ਫੜ ਸਕੇ, ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਜੇਲ੍ਹਾਂ 'ਚ ਪਾਵਾਂਗੇ, ਅਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ। ਮੇਰੇ ਰਾਜ ਵਿੱਚ ਬੇਅਦਬੀ ਹੋਈ ਹੋਏ ਅਤੇ ਮੈਂ ਆਪਣੇ ਦੋਸ਼ਾਂ ਨੂੰ ਨਾ ਫੜ ਸਕਾਂ, ਨਾ ਕਿਸੇ ਨੇ ਦੋਸ਼ੀ ਫੜੇ, ਨਾ ਫੜਨ ਦਾ ਨਿਸ਼ਾਨਾ ਰੱਖਿਆ, 24 ਘੰਟੇ ਸਾਰੇ ਅਕਾਲੀ ਦਲ, ਅਕਾਲੀ ਦਲ, ਬਾਦਲ, ਅਕਾਲੀ ਦਲ, ਬਾਦਲ, ਅਕਾਲੀ ਦਲ, ਤਕਰੀਬਨ 10-11 ਜਗ੍ਹਾ ਬੇਅਦਬੀਆਂ ਹੋਈਆਂ। ਉਹਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਮਿਲਿਆ ਕਿ ਉੱਥੇ ਜਾ ਕੇ ਉਸ ਜਗ੍ਹਾ 'ਤੇ ਜਾ ਕੇ ਦੇ ਕੀ ਸਕਣ। ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟ ਆ, ਕੌਮ ਦਾ ਪਾਰਲੀਮੈਂਟ ਹੈ, ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ। ਉਹਦੇ ਬਾਅਦ ਕਾਂਗਰਸ ਪਾਰਟੀ ਜਿਹਨੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ, ਜਿਹਨੇ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਉਸ ਪਾਰਟੀ ਨੂੰ ਆਪਾਂ ਵਾਰ ਵਾਰ ਮੌਕਾ ਦਿੱਤਾ ਸਰਕਾਰ ਬਣਾਉਣ 'ਤੇ। ਵੱਡੇ ਬਾਦਲ ਸਾਹਿਬ ਜਦੋਂ ਸਰਕਾਰ 'ਚ ਵੀ ਸੀ ਅਖੀਰ 'ਚ, ਉਹ ਤੋਂ ਬਾਅਦ ਬਿਮਾਰ ਵੀ ਰਹੇ ਹੈ, ਜਦੋਂ ਵੀ ਮੈਂ ਉਹਨਾਂ ਕੋਲ ਜਾਂਦਾ, ਉਹਨਾਂ ਕੋਲ ਬਹਿੰਦਾ, ਮੈਨੂੰ ਉਹ ਇੱਕ ਗੱਲ ਕਹਿੰਦੇ ਰਹਿੰਦੇ ਕਿ ਮੇਰੀ ਜ਼ਿੰਦਗੀ 'ਚ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਮੈਂ ਮੇਰੇ ਚੀਫ ਮਿਨਿਸਟਰ ਹੁੰਦੇ, ਪੰਥੀ ਸਰਕਾਰ ਦੇ ਹੁੰਦੇ ਬੇਅਦਬੀ ਹੋਈ। ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ, ਮੌਕਾ ਨਹੀਂ ਦਿੱਤਾ ਗਿਆ। ਤਾਕਤਾਂ ਉਦੋਂ ਅਜਿਹੀਆਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਬਹਾਨਾ ਲੱਭਿਆ ਕਿ ਆਹ ਮੌਕਾ ਮਿਲ ਗਿਆ ਕਿ ਸਿਆਸਤ ਕਰੋ। ਸਾਰਿਆਂ ਨੇ ਇਕੱਠੇ ਹੋ ਕੇ ਸੰਗਤਾਂ ਦੀਆਂ ਭਾਵਨਾ ਨੂੰ ਹੋਰ ਉਜਾਰਿਆ ਅਤੇ ਪ੍ਰੈਸ਼ਰ ਇੰਨਾ ਪਾ ਦਿੱਤਾ ਕਿ ਸਾਨੂੰ ਮਜਬੂਰ ਕਰ ਦਿੱਤਾ ਕਿ CBI ਨੂੰ ਦੇਣਾ ਪਏ ਕਿ ਆਪ ਅਕਾਲੀ ਦਲ ਦੀ ਸਰਕਾਰ ਇਹਦੀ ਇਨਕੁਆਇਰੀ ਨਾ ਕਰੇ, ਦੋਸ਼ੀਆਂ ਨੂੰ ਨਾ ਫੜੇ। ਉਹ ਮੈਨੂੰ ਬਾਦਲ ਸਾਹਿਬ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ, ਮੇਰੇ ਰਾਜ ਵਿੱਚ ਬੇਅਦਬੀ ਹੋਈ ਹੋਏ ਅਤੇ ਮੈਂ ਆਪਣੇ ਦੋਸ਼ਾਂ ਨੂੰ ਨਾ ਫੜ ਸਕਾਂ। ਮੈਨੂੰ ਉਹਨਾਂ ਨੇ ਕਈ ਵਾਰ ਕਿਹਾ, ਕਹਿੰਦਾ ਜੇ ਪਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ, ਆਹ ਦੋਸ਼ੀਆਂ ਨੂੰ ਜ਼ਰੂਰ ਫੜ ਕੇ ਅੰਦਰ ਕਰਨਾ। ਹੋਇਆ ਕੀ, ਕਿਤੇ ਆਪਾਂ ਪਛਾਣਿਆ ਕਿ ਬੇਅਦਬੀ ਹੋਈ, ਉਹਦੇ ਬਾਅਦ ਸਿਆਸਤ ਹੀ ਹੋਈ, ਦੋਸ਼ੀਆਂ ਤਰਫ ਤਾਂ ਕਿਸੇ ਨੇ ਗਿਆ ਹੀ ਨਹੀਂ ਕੋਈ, ਨਾ ਕਿਸੇ ਨੇ ਦੋਸ਼ੀ ਫੜੇ, ਨਾ ਫੜਨ ਦਾ ਨਿਸ਼ਾਨਾ ਰੱਖਿਆ, 24 ਘੰਟੇ ਸਾਰੇ ਅਕਾਲੀ ਦਲ, ਅਕਾਲੀ ਦਲ, ਬਾਦਲ, ਅਕਾਲੀ ਦਲ, ਬਾਦਲ, ਅਕਾਲੀ ਦਲ। ਉਹ ਲੋਕ ਕਿੱਥੇ ਹੈ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਐਡੀ ਵੱਡੀ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਬੇਅਦਬੀ ਹੋਈ, ਕਿਸੇ ਨੇ ਉਹਨਾਂ 'ਤੇ ਆਵਾਜ਼ ਉਠਾਈ? ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ, ਕਿਸੇ ਨੇ ਆਵਾਜ਼ ਉਠਾਈ? ਪਟਿਆਲੇ ਬੇਅਦਬੀ ਹੋਈ, ਕਿਸੇ ਨੇ ਆਵਾਜ਼ ਉਠਾਈ? ਪਿਛਲੇ ਇੱਕ ਸਾਲ ਦੇ ਅੰਦਰ ਅੰਦਰ ਤਕਰੀਬਨ 10-11 ਜਗ੍ਹਾ ਬੇਅਦਬੀਆਂ ਹੋਈਆਂ। ਉਹਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਮਿਲਿਆ ਕਿ ਉੱਥੇ ਜਾ ਕੇ ਉਸ ਜਗ੍ਹਾ 'ਤੇ ਜਾ ਕੇ ਦੇ ਕੀ ਸਕਣ। ਹੋਇਆ ਕੀ ਹੈ, ਅੱਜ ਕਿੱਥੇ ਹੈ, ਕੋਈ ਕਿਸੇ ਪਾਰਟੀ 'ਚ ਹੈ, ਕਿਸੇ ਪਾਰਟੀ 'ਚ ਹੈ? ਅਤੇ ਖਾਲਸਾ ਜੀ,
ਨੁਕਸਾਨ ਕੀ ਹੋਇਆ? ਤੁਸੀਂ ਪੰਥ ਦੀ ਪਾਰਟੀ ਨੂੰ ਸਾਰੇ ਚਿੰਬੜ ਗਏ, ਉਹ ਦੋਸ਼ੀ ਚਿੰਬੜ ਗਏ ਅਤੇ ਪਾਰਟੀ ਨੂੰ ਕਮਜ਼ੋਰ ਕਰਤਾ। ਉਹ ਨਤੀਜਾ ਕੀ ਹੋਇਆ? ਤੁਹਾਡੀ ਕੌਮ 'ਤੇ ਹਮਲੇ ਹੋਣ ਲੱਗ ਗਏ, ਤੁਹਾਡੀ ਕੌਮ 'ਤੇ ਹਮਲੇ ਹੋਣ ਲੱਗ ਗਏ, ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟ ਆ, ਕੌਮ ਦਾ ਪਾਰਲੀਮੈਂਟ ਹੈ, ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ। ਤਾਕਤਾਂ ਨੂੰ ਮੌਕਾ ਮਿਲਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਬਜ਼ ਹੋ ਗਏ। ਪਹਿਲੇ ਸੋਚ ਨਹੀਂ ਸਕਦਾ ਸੀ, ਤਖ਼ਤ ਪਟਨਾ ਸਾਹਿਬ ਹਜ਼ੂਰ ਕਮੇਟੀ ਦੇ ਵੀ ਕਾਬਜ਼ ਹੋ ਗਏ, ਹਜ਼ੂਰ ਸਾਹਿਬ ਕਮੇਟੀ ਦੇ ਕਾਬਜ਼ ਹੋ ਗਏ, ਅਤੇ ਹਲੇ ਵੀ ਆਪਾਂ ਨਹੀਂ ਆਪਣੀ ਅੱਖਾਂ ਖੋਲ੍ਹਾਂਗੇ ਕਿ ਕੌਣ ਕੌਮ ਦਾ ਦੁਸ਼ਮਣ ਹੈ, ਕੌਣ ਕੌਮ ਦੇ ਨਾਲ ਹੈ। ਮੈਨੂੰ ਕਿਹੜੇ ਕਿਤੇ ਦੁੱਖ ਹੁੰਦਾ ਜਦੋਂ ਘਰ ਬੈਠਦਾ ਹੁੰਦਾ ਹੈ, ਜਦੋਂ 84 ਦੇ ਵਿੱਚ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤੇ ਗਏ, ਉਹਦੇ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਇਲੈਕਸ਼ਨ ਹੋਏ, ਮਤਲਬ ਕਾਂਗਰਸ ਕਿੰਨੀਆਂ ਸੀਟਾਂ ਲੈ ਗਈ ਇੱਥੇ ਪੰਜਾਬ 'ਚ। ਉਹਦੇ ਬਾਅਦ ਕਾਂਗਰਸ ਪਾਰਟੀ ਜਿਹਨੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ, ਜਿਹਨੇ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਉਸ ਪਾਰਟੀ ਨੂੰ ਆਪਾਂ ਵਾਰ ਵਾਰ ਮੌਕਾ ਦਿੱਤਾ ਸਰਕਾਰ ਬਣਾਉਣ 'ਤੇ ਵਾਰ ਵਾਰ ਮੌਕਾ ਲੈ ਕੇ ਆਪਣੇ 'ਤੇ ਹੀ ਵਾਰ ਕੀਤੇ, ਆਪਣੇ 'ਤੇ ਹੀ ਵਾਰ ਕੀਤੇ। ਆਪਾਂ ਹਲੇ ਵੀ ਆਪਣੀ ਕੌਮ ਸਮਝਦੀ ਨਹੀਂ, ਆਪਾਂ ਕਦੋਂ ਜਾਗਾਂਗੇ, ਆਪਾਂ ਕਦੋਂ ਪਛਾਣਾਂਗੇ ਕਿ ਕਿਹੜੇ ਹੈ ਜਿਹੜੇ ਆਪਣੀ ਆਪਾਂ ਨੂੰ ਕਮਜ਼ੋਰ ਕਰਦੇ ਲੱਗੇ ਆ। ਦੇਖੋ, ਪੰਜਾਬ ਨੂੰ ਬਚਾਉਣ ਵਾਲਾ ਖਾਲਸਾ ਪੰਥ ਦੀ ਫੌਜ ਇਕੱਲੀ ਸ਼੍ਰੋਮਣੀ ਅਕਾਲੀ ਦਲ ਹੈ, ਜਿੰਨਾ ਮਰਜ਼ੀ ਤੁਸੀਂ ਕੋਈ ਮਰਜ਼ੀ ਕਹੀ ਜਾਏ। ਪੰਜਾਬ ਵਿੱਚ ਤੁਸੀਂ ਕਿਤੇ ਮਰਜ਼ੀ ਚਲੇ ਜਾਓ, ਇੱਕ ਪਾਸੇ ਅੱਜ ਗੁਰੂ ਦੀ ਨਗਰੀ ਤੋਂ ਤੁਸੀਂ ਆਪਣੇ ਪਿੰਡਾਂ ਜਾਓਗੇ, ਲੈਫਟ ਰਾਈਟ ਦੇਖਦੇ ਰਹੋ, ਜੋ ਕੁਛ ਵੀ ਬਣਿਆ, ਜੋ ਕੁਛ ਵੀ ਤਰੱਕੀ ਦੇਖ ਰਹੇ ਹੋ, ਇਕੱਲੀ ਪੰਥ ਦੀ ਸਰਕਾਰ ਨੇ, ਅਕਾਲੀ ਦਲ ਦੀ ਸਰਕਾਰਾਂ ਨੇ ਕੀਤਾ, ਹੋਰ ਕਿਸੇ ਨੇ ਨਹੀਂ। ਵੱਡੇ ਬਾਦਲ ਸਾਹਿਬ ਦੇ ਮਨ 'ਚ ਬਹੁਤ ਜ਼ਿਆਦਾ ਬੋਝ ਰਿਹਾ ਇਸ ਗੱਲ ਦਾ। ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ, ਮੈਂ ਐਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ, ਮੁੱਖ ਸੇਵਾਦਾਰ ਹੋਣ ਦੇ ਨਾਤੇ, ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ 'ਚ ਆਪਾਂ ਬਿਰਾਜਮਾਨ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫ਼ੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ, ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ, ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫ਼ੀ ਚਾਹੁੰਦੇ ਹਾਂ। ਜੇ ਕਿਸੇ ਦਾ, ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ, ਕਿਉਂਕਿ ਆਮ ਸੰਗਤ ਦੇ ਵਿੱਚ ਮਨ 'ਚ ਹੈ ਕਿ ਪੰਥਕ ਸਰਕਾਰ ਸੀ, ਹਾਂ ਪੰਥਕ ਸਰਕਾਰ ਸੀ, ਪਰ ਕਿਵੇਂ ਹੋਇਆ? ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤਾਂ ਸਾਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ, ਉਹਦੇ ਵੀ ਮਾਫ਼ੀ ਕਿ ਅਸੀਂ ਨੇ ਦੋਸ਼ੀ ਫੜ ਸਕੇ, ਪਰ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ
ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਜੇਲ੍ਹਾਂ 'ਚ ਪਾਵਾਂਗੇ, ਅਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ।